ਬੁਲਟ ਦਾ ਵਜਾਇਆ ਪਟਾਕਾ ਤਾਂ ਗਿਫਟ 'ਚ ਮਿਲੇਗਾ ਚਲਾਨ। ਇਸ ਧਾਕੜ ਪੁਲਿਸ ਅਧਿਕਾਰੀ ਨੇ ਦੇ ਦਿੱਤੀ ਵਾਰਨਿੰਗ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਅਸੀਂ ਪਟਾਕਾ ਬਰਦਾਸ਼ਤ ਨਹੀਂ ਕਰਨਾ। ਬੁਲਟ ਦੇ ਪਟਾਕੇ ਮਾਰਨ ਵਾਲਿਆਂ ਦਾ ਦੇਖੋ ਕੀ ਕੀਤਾ ਹਸ਼ਰ। ਆਪਣੇ ਮੋਟਰਸਾਈਕਲ ਨੇ ਪਟਾਕਾ ਮਾਰਿਆ ਕਿ ਨਹੀਂ ਮਾਰਿਆ? ਪਿਤਾ ਦੇ ਸਾਹਮਣੇ ਹੀ ਪਟਾਕੇ ਮਾਰਨ ਵਾਲੇ ਪੁੱਤ ਦਾ ਕੱਟਿਆ ਚਲਾਨ। ਇਹ ਬੇਟਾ, ਇਹ ਤੇਰਾ ਗਿਫਟ ਹੈ। ਪੁਲਿਸ ਦੇ ਸਾਹਮਣੇ ਹੀ ਬਹਿਸਦੇ ਰਹੇ ਪਿਤਾ ਤੇ ਪੁੱਤ। ਸ਼੍ਰੀਮਾਨ ਜੀ, ਮੈਂ ਸਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਸਮਝਾ ਦਿੱਤਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਅਸੀਂ ਪਟਾਕਾ ਬਰਦਾਸ਼ਤ ਨਹੀਂ ਕਰਨਾ। ਇੱਕ ਮਿੰਟ ਠਹਿਰੋ ਸ਼੍ਰੀਮਾਨ ਜੀ, ਤੁਹਾਡੇ ਸਾਹਮਣੇ, ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਬੇਟੇ ਸਾਹਮਣੇ ਅਤੇ ਹੁਣ ਤੁਹਾਡੇ ਸਾਹਮਣੇ ਮੋਟਰਸਾਈਕਲ ਨੇ ਪਟਾਕਾ ਮਾਰਿਆ ਕਿ ਨਹੀਂ ਮਾਰਿਆ? ਹਾਂ, ਇਹ ਬੇਟਾ, ਇਹ ਤੇਰਾ ਗਿਫਟ ਹੈ, ਗਾਂ ਵਾਸਤੇ ਧਿਆਨ। ਓਕੇ, ਸਾਰੇ ਜਿੱਦਾਂ ਆਪ ਜੀ ਨੂੰ ਪਤਾ ਕਿ ਜਿਹੜਾ ਕਿ ਇਹ ਜਿਹੜਾ ਬਾਲਕ੍ਰਿਸ਼ਨ ਰੋਡ ਹੈ, ਮਾਨਯੋਗ SSP ਸ਼੍ਰੀ ਸੁਰਿੰਦਰ ਲਾਂਬਾ ਜੀ ਦੀ ਜਿਹੜੀ ਘਰ ਹੈ ਉਹ ਵੀ ਬੈਕ ਸਾਈਡ 'ਤੇ ਨਾ ਇਹ ਰੋਡ ਪੈਂਦਾ ਹੈ। ਇੱਥੇ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਇੱਧਰ ਲੋਕ ਪਟਾਕੇ ਮਾਰਦੇ ਆ, ਪਟਾਕੇ ਮਾਰ ਕੇ ਪਬਲਿਕ ਨੂੰ ਹਰਾਸ ਕਰਦੇ ਆ ਮੋਟਰਸਾਈਕਲਾਂ ਵਾਲੇ। ਅੱਜ ਫਿਰ ਆਪਾਂ ਸਪੈਸ਼ਲ ਇੱਥੇ ਨਾਕਾ ਲਾਇਆ ਅਤੇ ਇੱਥੇ ਆਪਾਂ ਮੋਟਰਸਾਈਕਲ ਵਾਲੇ ਫੜੇ ਆ ਮੁੰਡੇ ਜਿਹਨਾਂ ਨੇ ਪਟਾਕਾ ਮਾਰਿਆ, ਉਹਨਾਂ ਦਾ ਆਪਾਂ ਠੋਕ ਕੇ ਜੋ ਚਲਾਉਣ ਬਣਦਾ ਮੋਟਰ ਵਹੀਕਲ ਐਕਟ ਤਹਿਤ ਉਹ ਕੀਤਾ ਅਤੇ ਉਹਨਾਂ ਨੂੰ ਹੱਥ 'ਚ ਉਹਨਾਂ ਦਾ ਗਿਫਟ ਦਿੱਤਾ ਵੀ ਆਹ ਲਓ, ਨਾਲੇ ਦੇ ਜਾ ਕੇ ਉੱਥੇ ਚਲਾਣ ਭੁਗਤਿਓ ਅਤੇ ਨਾਲੇ ਯਾਦ ਰੱਖੋਗੇ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਕਿਵੇਂ ਮਾਰ। ਸਰ, ਜਿਹੜੇ ਤੁਹਾਨੂੰ ਜਿਹੜੇ ਸ਼ਰਾਰਤੀ ਅਨਸਰ ਤੁਹਾਨੂੰ ਦੇਖ ਰਹੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਨਾ ਮਾਰੋ, ਮੋਟਰਸਾਈਕਲ ਦਾ ਪਟਾਕਾ ਨਾ ਮਾਰੋ, ਟ੍ਰਿਪਲਿੰਗ ਨਾ ਕਰੋ, ਗੱਡੀਆਂ ਨੂੰ ਜਾਲੀਆਂ ਨਾ ਲਾਓ। ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ 26 ਜਨਵਰੀ ਦਾ ਜਿਹੜਾ ਤਿਉਹਾਰ ਆ ਉਹ ਬਿਲਕੁਲ ਨੇੜੇ ਆ ਰਿਹਾ, ਅਸੀਂ ਵੀ ਦੇਖੋ ਇਸ ਟਾਈਮ ਸਾਰੇ ਸਰਦੀ ਵਿੱਚ ਖੜ੍ਹੇ ਹਾਂ। ਇਹ ਕਿਹਦੇ ਕਰਕੇ ਖੜ੍ਹੇ ਹਾਂ? ਤੁਹਾਡੇ ਕਰਕੇ ਖੜ੍ਹੇ ਹਾਂ, ਪਬਲਿਕ ਕਰਕੇ ਖੜ੍ਹੇ ਹਾਂ। ਇਹੀ ਮੈਸੇਜ ਹੈ ਕਿ ਤੁਸੀਂ ਨਾ ਪਟਾਕੇ ਮਾਰੋ ਅਤੇ ਨਾ ਇਹ ਜਿਹੜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਕਰੋ। ਅਸੀਂ ਵੀ ਇਸੇ ਕਰਕੇ ਖੜ੍ਹੇ ਹਾਂ ਕਿ ਜਿਹੜੀ 26 ਜਨਵਰੀ ਹੈ ਇਹਦਾ ਜਿਹੜਾ ਹੁਸ਼ਿਆਰਪੁਰ ਦੇ ਲੋਕ ਹੈ ਇਹਦਾ ਆਨੰਦ ਮਾਣ ਸਕਣ। ਸਰ, ਜਿਹੜੇ ਅਸੀਂ ਦੇਖ ਰਹੇ ਅਮੂਮਨ ਦੇਖਿਆ ਜਾਂਦਾ ਕਿ ਕਈ ਵੱਡੀਆਂ ਗੱਡੀਆਂ ਵਾਲੇ ਹੂਟਰ ਵਗੈਰਾ ਵੀ ਲਗਾਉਂਦੇ ਆ, ਉਹਨਾਂ ਨੂੰ ਕੀ ਕਹੋਗੇ ਜੀ? ਉਹਨਾਂ ਨੂੰ ਵੀ ਇਹ ਵਾਰਨਿੰਗ ਹੈ ਕਿ ਜੇ ਆਪਾਂ ਕਿਸੇ ਗੱਡੀ 'ਤੇ ਹੂਟਰ ਲੱਗਾ ਦੇਖ ਲਿਆ ਉਹਦਾ ਵੀ ਠੋਕੇ ਚਲਾਣ ਕਰਾਂਗੇ। ਫਿਰ ਉਹ ਇਹ ਨਾ ਕਿ ਸਾਨੂੰ ਕਹੇ ਕਿ ਸਾਨੂੰ ਕਿਸੇ ਨੇ ਕੋਈ ਪਹਿਲਾਂ ਦੱਸਿਆ ਨਹੀਂ ਸੀ ਜਾਂ ਸੁਚੇਤ ਨਹੀਂ ਸੀ ਕੀਤਾ। ਅਸੀਂ ਤੁਹਾਡੇ ਮਾਧਿਅਮ ਵੀ ਉਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਕਿ ਜੇ ਕੋਈ ਗੱਡੀ ਨੂੰ ਲੱਗਾ ਹੂਟਰ ਅਸੀਂ PCR ਇੰਚਾਰਜ ਨੇ ਜਾਂ PCR ਨੇ ਫੜਦਿਆ ਬਿਲਕੁਲ ਕਿਸੇ ਵੀ ਕੀਮਤ 'ਤੇ ਉਹਨੂੰ ਸਪੇਅਰ ਨਹੀਂ ਕੀਤਾ ਜਾਏਗਾ ਅਤੇ ਮੋਟਰ ਵਹੀਕਲ ਐਕਟ ਤਹਿਤ ਉਹਦਾ ਚਲਾਣ ਠੋਕ ਕੇ ਕੀਤਾ ਜਾਏ। ਮੈਂ ਸਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਸਮਝਾ ਦਿੱਤਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਅਸੀਂ ਪਟਾਕਾ ਬਰਦਾਸ਼ਤ ਨਹੀਂ ਕਰਨਾ। ਇੱਕ ਮਿੰਟ ਠਹਿਰੋ ਸ਼੍ਰੀਮਾਨ ਜੀ, ਤੁਹਾਡੇ ਸਾਹਮਣੇ, ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਬੇਟੇ ਸਾਹਮਣੇ ਅਤੇ ਹੁਣ ਤੁਹਾਡੇ ਸਾਹਮਣੇ ਮੋਟਰਸਾਈਕਲ ਨੇ ਪਟਾਕਾ ਮਾਰਿਆ ਕਿ ਨਹੀਂ ਮਾਰਿਆ? ਹਾਂ, ਇਹ ਬੇਟਾ, ਇਹ ਤੇਰਾ ਗਿਫਟ ਹੈ, ਗਾਂ ਵਾਸਤੇ ਧਿਆਨ। ਓਕੇ, ਜਾਓ।